ਨਹੀਂ ਕਰਨੀ ਚਾਹੀਦੀ। ਪਹਿਲੇ ਨੂੰ ਫੜਾ ਲੱਗਿਆ ਸ਼ਰਮ ਦਾ ਦੀ, ਜਦੋਂ ਸਾਰੇ ਲੋਕਾਂ ਨੇ ਫੜੇ ਹੋਣਗੇ ਤਾਂ ਸ਼ਰਮ ਦਾ ਦੀ, ਇੱਕ ਵਾਲੇ ਇੱਥੇ ਦੂਜਾ ਫੜੇਗਾ, ਦੂਜੇ ਵਾਲੇ ਇੱਥੇ ਤੀਜਾ। ਔਰ ਜੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਹੈ ਕੱਪੜੇ ਦਾ ਘਰ ਦਾ ਸਿੱਧਾ ਪਹਿਲਾਂ ਨਹੀਂ ਲੈ ਜਾ ਸਕਦੇ ਬਾਜ਼ਾਰ, ਤੇ ਕੋਈ ਗੱਲ ਨਹੀਂ, ਜੂੜ ਦੇ ਬੜੇ ਵਧੀਆ ਆਉਂਦੇ ਨੇ, ਥੱਲੇ ਥੋੜੇ ਮਹਿੰਗੇ ਨੇ, ਪੈਸੇ ਜ਼ਿਆਦਾ ਕਰਦੇ ਨੇ, ਕਹਿੰਦੇ ਇਹ ਕਿਹੜੇ ਫੜ ਦਿੰਦੇ ਨੇ, ਸਾਰ ਛੇ ਮਹੀਨੇ ਤੋਂ ਫੜਦੇ ਹੀ ਹੈ ਕਰਦਾ। ਤੇ ਸਿਹਤ ਵੱਲ ਕੀ ਭਾਵੇਂ ਜੇ ਡਾਕਟਰਾਂ ਨੂੰ ਹੀ ਦੇਣੇ ਆ ਪੈਸੇ 30-40 ਹਜ਼ਾਰ, ਤੇ ਉਹਦੇ ਨਾਲ ਉਹ ਚੰਗਾ ਕਿ ਉਹੀ ਆਪਣੀ ਸਿਹਤ ਦਾ ਛੋਟਾ ਜਿਹਾ ਆਪਾਂ ਐਵਲ ਕਰ ਲਈਏ। ਹੁਣ ਕੁਝ ਹੋਰ ਵੀ ਇਹ ਗੱਲਾਂ ਨੇ, ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਇਹ ਜਿਹੜਾ ਸਾਡਾ ਇਹ ਮਾਸਕ ਦੇ ਪ੍ਰਤੀ ਸਾਡੀ ਜ਼ਿੰਮੇਵਾਰੀ, ਅਤੇ ਇਹਦੇ ਨਾਲ ਨਾਲ ਸਾਡੀ ਹੋਰ ਵੀ ਜ਼ਿੰਮੇਵਾਰੀ ਹੈ ਕਿ ਆਪਣਾ ਜਿੱਥੇ ਵੀ ਅਸੀਂ ਇਸ ਸਕੂਲ ਦੇ ਅੰਦਰ ਤੁਸੀਂ ਬੈਠੇ ਅਸੀਂ ਬੈਠੇ ਹਾਂ, ਮੈਂ ਪ੍ਰਿੰਸੀਪਲ ਮੈਡਮ ਹਾਂ, ਬੇਨਤੀ ਜ਼ਰੂਰ ਕਰਾਂਗਾ ਕਿ ਇਹ ਕੱਪੜੇ ਦੇ ਬੈਨਰ ਦੇ ਉੱਤੇ ਇੱਕ ਚੀਜ਼ ਲਿਖਵਾ ਕੇ ਕਿ ਇਹ ਜਿਹੜਾ ਸਕੂਲ ਹੈ ਪੋਲੀਥੀਨ ਬੈਗ ਫ੍ਰੀ ਹੈ, ਕਿਉਂਕਿ ਇੱਥੇ ਬੈਨ ਲੱਗ ਚੁੱਕਿਆ, ਬੈਨ ਨਹੀਂ ਲੱਗਿਆ, ਉਹ ਸਾਡੀ ਜ਼ਿੰਮੇਵਾਰੀ ਵੀ ਭਾਲੀ ਹੈ ਕਿ ਉਹਨੂੰ 27 ਦੇ ਵਿੱਚ ਅਸੀਂ ਇੱਥੇ ਇੰਪਲੀਮੈਂਟ ਕਰੀਏ ਉਹ ਚੇਂਜ। ਇਹ ਸਾਡਾ ਏਰੀਆ ਜਿਹੜਾ ਪੋਲੀਥੀਨ ਬੈਗ ਫ੍ਰੀ, ਜੇ ਇਹ ਬੈਨਰ ਲੱਗ ਜਾਂਦਾ ਤਾਂ ਇਸ ਤੋਂ ਬਾਅਦ ਬੱਚਿਆਂ ਨੂੰ ਵੀ ਜਿਹੜੇ ਕਲਾਸ ਟੀਚਰ ਸਾਹਿਬਾਨ ਨੇ